ਅੱਜ ਤੁਹਾਨੂੰ ਸਿਖਾਉਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਸ਼ਾਹੀ ਬੈਂਗਣ ਕਿਸ ਤਰ੍ਹਾਂ ਬਣਾ ਸਕਦੇ ਹਾਂ। ਇਹ ਜੋ ਬੈਂਗਣ ਬਣੇ ਨੇ ਇਹ ਮੈਂ ਆਪਣੇ ਤਰੀਕੇ ਨਾਲ ਬਣਾਏ ਨੇ। ਜੇ ਤੁਸੀਂ ਇੱਕ ਸੌਖੇ ਤਰੀਕੇ ਨਾਲ ਜੋ ਆਪਣੇ ਘਰ ਦੇ ਵਿੱਚ ਸਮਾਨ ਮਿਲ ਜਾਂਦਾ ਉਸਦੇ ਉਸੇ ਤਰੀਕੇ ਨਾਲ ਬਣਾਇਆ ਮੈਂ, ਜੇ ਤੁਸੀਂ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਟਰਾਈ ਕਰੋਗੇ ਤਾਂ ਬਹੁਤ ਸਵਾਦ ਬਣਦੇ ਅਤੇ ਬਹੁਤ ਜਲਦੀ ਬਣ ਜਾਂਦੇ ਨੇ। ਚਲੋ ਜੀ ਕਰਦੇ ਸ਼ੁਰੂ, ਫਿਰ ਆਪਾਂ ਆਪਣੇ ਘਰ ਦੇ ਵਿੱਚ ਸ਼ਾਹੀ ਬੈਂਗਣ ਕਿਸ ਤਰ੍ਹਾਂ ਬਣਾਵਾਂਗੇ ਅੱਜ। ਸ਼ਾਹੀ ਬੈਂਗਣ ਬਣਾਉਣ ਵਾਸਤੇ ਜੋ ਸਮਾਨ ਦਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ ਬਾਜ਼ਾਰੋਂ ਆਹ ਚੂਚੇ ਬੈਂਗਣ ਲਿਆ ਸੀ। ਜਦੋਂ ਤੁਸੀਂ ਬਾਜ਼ਾਰ 'ਚੋਂ ਇਹ ਬੈਂਗਣ ਲਏ ਤਾਂ ਦੇਖਣਾ ਉਹਨਾਂ ਦਾ ਸਾਈਜ਼ ਛੋਟਾ ਹੋਵੇ। ਜਦੋਂ ਤੁਸੀਂ ਇਸ ਤਰ੍ਹਾਂ ਸ਼ਾਹੀ ਬੈਂਗਣ ਬਣਾਉਣੇ ਆਪਣੇ ਘਰ ਦੇ ਵਿੱਚ ਤਾਂ ਉਹਨਾਂ ਦਾ ਸਾਈਜ਼ ਛੋਟਾ ਹੋਵੇ। ਆ ਜਿਸ ਤਰ੍ਹਾਂ ਵੱਡੇ ਵੱਡੇ ਇਸ ਤਰ੍ਹਾਂ ਲੈਣੇ ਹੈਗੇ ਤੁਸੀਂ, ਆ ਸਾਈਜ਼ ਇਸ ਤਰ੍ਹਾਂ ਛੋਟਾ ਹੋਵੇ। ਅਤੇ ਦੋ ਮੈਂ ਵੱਡੇ ਵੱਡੇ ਪਿਆਜ਼ ਲਿੱਤੇ ਨੇ, ਤਿੰਨ ਟਮਾਟਰ ਲਿੱਤੇ ਨੇ, ਅਦਰਕ ਦਾ ਮੈਂ ਪੇਸਟ ਬਣਾ ਲਿਆ ਸੀ, ਅਤੇ ਲਸਣ ਦਾ ਮੈਂ ਪੇਸਟ ਬਣਾ ਲਿਆ ਸੀ, ਹਲਦੀ, ਜੀਰਾ, ਗਰਮ ਮਸਾਲਾ, ਨਮਕ ਅਤੇ ਹਰੀ ਮਿਰਚ। ਜੇ ਤੁਸੀਂ ਇਸ ਨੂੰ ਹੋਰ ਤਿੱਖਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਲਾਲ ਮਿਰਚ ਵੀ ਪਾ ਸਕਦੇ ਹੋ। ਜੇ ਤੁਹਾਨੂੰ ਮੈਂ ਕੁਆਂਟਿਟੀ ਦੱਸਾਂ ਤਾਂ ਅੱਧਾ ਕਿਲੋ ਚੂਚੇ ਬੈਂਗਣ ਨੇ, ਅਤੇ 250 ਗ੍ਰਾਮ ਆਪਣਾ ਪਿਆਜ਼ ਹੋਣੇ, ਅਤੇ 250 ਗ੍ਰਾਮ ਹੀ ਆਪਣੇ ਤਕਰੀਬਨ ਟਮਾਟਰ ਹੋਣੇ ਨੇ। ਤੁਸੀਂ ਦੇਖ ਸਕਦੇ ਜੋ ਜੋ ਸਮਾਨ ਲਿੱਤਾ ਮੈਂ ਸ਼ਾਹੀ ਬੈਂਗਣ ਬਣਾਉਣ ਵਾਸਤੇ। ਪਿਆਜ਼ ਨੂੰ ਮੈਂ ਕੱਟ ਲਿਆ ਸੀ, ਇਸ ਦਾ ਮੈਂ ਪੇਸਟ ਬਣਾ ਲੂੰਗਾ, ਠੀਕ ਹੈ ਜੀ। ਮਿਕਸੀ 'ਚ ਪੀਹ ਦੂੰਗਾ ਇਸ ਨੂੰ ਮੈਂ। ਇੱਕ ਮੈਂ ਕੜਾਹੀ ਲਿੱਤੀ ਹੈ, ਕੜਾਹੀ ਦੇ ਵਿੱਚ ਆਪਾਂ ਪੌਣੀ ਇੱਕ ਕੜਛੀ ਤੇਲ ਦੀ ਪਾ ਲੂੰਗੇ, ਠੀਕ ਹੈ ਜੀ। ਰਿਫਾਇੰਡ ਆਇਲ ਹੈ, ਤੁਸੀਂ ਸਰ੍ਹੋਂ ਦਾ ਤੇਲ ਵੀ ਯੂਜ਼ ਕਰ ਸਕਦੇ ਹੋ ਜਾਂ ਕੁਕਿੰਗ ਆਇਲ ਵੀ ਯੂਜ਼ ਕਰ ਸਕਦੇ ਹੋ ਇਸ ਵਾਸਤੇ। ਜਦੋਂ ਆਪਣਾ ਤੇਲ ਗਰਮ ਹੋ ਜੂਗਾ ਆਪਾਂ ਇਸ ਦੇ ਵਿੱਚ ਜੀਰਾ ਪਾ ਦੂੰਗੇ। ਮੈਂ 1.25 ਚਮਚ ਜੀਰੇ ਦਾ ਪਾਇਆ ਇਸ ਦੇ ਵਿੱਚ। ਜਦੋਂ ਆਪਣਾ ਜੀਰਾ ਥੋੜ੍ਹਾ ਜਿਹਾ ਭੁੰਨ ਹੋ ਜੂਗਾ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਲਸਣ ਪਾ ਦੂੰਗੇ। ਲਸਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਅਦਰਕ ਪਾ ਦੂੰਗੇ, ਫਿਰ ਮੈਂ ਪੇਸਟ ਪਾ ਦੂੰਗਾ ਜੋ ਮੈਂ ਪਿਆਜ਼ ਦਾ ਬਣਾਇਆ ਸੀ। ਮੈਂ ਪਿਆਜ਼ ਨੂੰ ਆਪਾਂ ਨੇ ਭੁੰਨ ਲੈਣਾ ਜਦੋਂ ਤੱਕ ਹਲਕਾ ਜਿਹਾ ਬਰਾਊਨ ਜਿਹਾ ਹੋ ਜਾਵੇ। ਪਿਆਜ਼ ਹਲਕਾ ਜਿਹਾ ਬਰਾਊਨ ਹੋ ਚੁੱਕਿਆ, ਹੁਣ ਆਪਾਂ ਇਸ ਦੇ ਵਿੱਚ ਹਲਦੀ ਪਾ ਦਾਂਗੇ। ਹਲਦੀ ਮੈਂ ਇਸ ਦੇ ਵਿੱਚ 1.25 ਚਮਚ ਪਾਇਆ। ਮੈਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜੋ ਟਮਾਟਰ ਸੀ ਉਹਨਾਂ ਦਾ ਵੀ ਮੈਂ ਪੇਸਟ ਬਣਾ ਲਿਆ ਸੀ, ਇਹ ਪਾ ਦੇਵਾਂਗੇ ਆਪਾਂ ਇਸ ਦੇ ਵਿੱਚ। ਥੋੜ੍ਹੇ ਬਚੇ ਉਸ ਦੇ ਵਿੱਚ ਥੋੜ੍ਹਾ ਜਿਹਾ ਮੈਂ ਪਾਣੀ ਪਾ ਦਿੱਤਾ ਸੀ, ਉਹਨੂੰ ਧੋ ਲਿਆ ਸੀ, ਇਹ ਪਾ ਦਿੰਦੇ ਆਪਾਂ ਇਸ ਦੇ ਵਿੱਚ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਹਰੀ ਮਿਰਚ ਦਾ ਪੇਸਟ ਪਾ ਦੂੰਗੇ। ਜੇ ਹੋਰ ਤਿੱਖਾ ਕਰਨਾ ਚਾਹੁੰਦਾ ਤੁਹਾਨੂੰ ਮੈਂ ਫਿਰ ਦੱਸਣਾ ਚਾਹੁੰਦਾ, ਤੁਸੀਂ ਇਹਦੇ ਵਿੱਚ ਲਾਲ ਮਿਰਚ ਵੀ ਪਾ ਸਕਦੇ ਹੋ। ਅਸੀਂ ਆਪਣੇ ਘਰ ਦੇ ਵਿੱਚ ਰੈੱਡ ਚਿੱਲੀ ਪਾਊਡਰ ਨਹੀਂ ਯੂਜ਼ ਕਰਦੇ, ਜੇ ਤੁਸੀਂ ਯੂਜ਼ ਕਰਦੇ ਤੁਸੀਂ ਉਹ ਪਾ ਸਕਦੇ ਹੋ ਇਸ ਦੇ ਵਿੱਚ ਹਰੀ ਮਿਰਚ ਦੀ ਜਗ੍ਹਾ। ਅਤੇ ਗਰਮ ਮਸਾਲਾ ਪਾ ਦੂੰਗੇ, ਗਰਮ ਮਸਾਲੇ ਮੈਂ 1.25 ਚਮਚ ਪਾਇਆ ਇਸ ਦੇ ਵਿੱਚ, ਅਤੇ 1 ਪੂਰਾ ਚਮਚਾ ਨਮਕ ਦਾ। ਹੁਣ ਤੁਸੀਂ ਇਸਨੂੰ ਢੱਕ ਦੇਣਾ 5 ਮਿੰਟ ਵਾਸਤੇ, ਕਿਉਂਕਿ ਛਿੱਟੇ ਜਿਹੇ ਬਹੁਤ ਪੈਣਗੇ ਇਸ ਦੇ, ਅਤੇ ਇਸਨੂੰ ਮਿਕਸ ਕਰ ਦੇਣਾ, ਅਤੇ 5 ਤੋਂ 6 ਮਿੰਟ ਇਸਨੂੰ ਪਕਾਉਣਾ ਤੁਸੀਂ ਇਸਨੂੰ। ਮੈਨੂੰ ਤਕਰੀਬਨ 5 ਤੋਂ 6 ਮਿੰਟ ਹੋ ਚੁੱਕੇ ਨੇ, ਅਤੇ ਆਪਣਾ ਮਸਾਲਾ ਬਿਲਕੁਲ ਤਿਆਰ ਹੈ। ਜੋ ਦੁੱਧ ਦੇ ਉੱਪਰ ਕਰੀਮ ਆਈ ਹੁੰਦੀ ਹੈ ਮੈਂ ਉਹ ਪਾਉਣ ਲੱਗਿਆ ਇਸ ਦੇ ਵਿੱਚ, ਇਹ ਬਾਜ਼ਾਰੋਂ ਵੀ ਮਿਲ ਜਾਂਦੀ ਹੈ। ਅਤੇ ਕੋਸ਼ਿਸ਼ ਕਰੋ ਤੁਸੀਂ ਆਪਣੇ ਘਰ ਦੇ ਵਿੱਚ ਜੋ ਦੁੱਧ ਹੁੰਦਾ ਉਸ ਉਬਾਲੀ ਦਵਾ ਲਓ, ਤਾਂ ਸੁਬਹਾ ਉਸਦੇ ਉੱਪਰ ਇਸ ਤਰ੍ਹਾਂ ਕਰੀਮ ਆ ਜਾਂਦੀ ਆ, ਅਤੇ ਉਹ ਤੁਸੀਂ ਆਪਣੀ ਇਕੱਠੀ ਕਰਕੇ ਇਸ ਦੇ ਵਿੱਚ ਪਾ ਸਕਦੇ ਹਾਂ, ਨਹੀਂ ਬਾਜ਼ਾਰੋਂ ਵੀ ਮਿਲ ਜਾਂਦੀ ਆ। ਇਸ ਦੇ ਮੈਂ 2 ਚਮਚੇ ਪਾਊਂਗਾ ਇਸ ਦੇ ਵਿੱਚ। ਇਹ ਤੁਸੀਂ ਬਾਜ਼ਾਰੋਂ ਵੀ ਲਿਆ ਸਕਦੇ ਹੋ। ਜੇ ਤੁਹਾਡੇ ਘਰ 'ਚ ਹੈ ਤੁਸੀਂ ਤਾਂ ਪਾ ਲਿਓ, ਜੇ ਨਹੀਂ ਤਾਂ ਰਹਿਣ ਵੀ ਦਿਓ, ਕੋਈ ਚੱਕਰ ਨਹੀਂ ਹੈਗਾ। ਅਤੇ ਇਹ ਮਸਾਲਾ ਹੁਣ ਬਣ ਕੇ ਆਪਣਾ ਬਿਲਕੁਲ ਰੇਡੀ ਹੈ। ਹੁਣ ਤੁਹਾਨੂੰ ਮੈਂ ਦੱਸਦਾ ਜੋ ਚੂਚੇ ਬੈਂਗਣ ਆਪਾਂ ਨੇ ਇਹਨਾਂ ਨੂੰ ਕੱਟਣਾ ਕਿਸ ਤਰ੍ਹਾਂ। ਆਹ ਦੇਖੋ ਇੱਕ ਆਹ ਕੱਟ ਅਤੇ ਇੱਕ ਆਹ ਕੱਟ ਇਸ ਤਰ੍ਹਾਂ, ਲਾਸਟ ਵਿੱਚ ਥੋੜ੍ਹਾ ਜਿਹਾ ਛੱਡ ਲੈਣਾ ਆਪਾਂ ਨੇ, ਠੀਕ ਹੈ ਜੀ। ਇਸ ਤਰ੍ਹਾਂ ਦੂਸਰੇ ਨੂੰ ਸਾਰੇ ਬੈਂਗਣਾਂ ਨੂੰ ਆਪਾਂ ਨੇ ਇਸ ਤਰ੍ਹਾਂ ਵਿੱਚੋਂ ਚੀਰਾ ਲਗਾ ਲੈਣਾ। ਉਸ ਤੋਂ ਬਾਅਦ ਮੈਂ ਇੱਕ ਪੈਨ ਲਿੱਤਾ, ਪੈਨ ਦੇ ਵਿੱਚ ਤੇਲ ਗਰਮ ਕਰ ਲਿਆ, ਸਰ੍ਹੋਂ ਦਾ ਤੇਲ ਹੈ ਇਹ, ਕੜਿਆ ਹੋਇਆ ਤੇਲ ਹੈ।
ਅਤੇ ਤੁਸੀਂ ਰਿਫਾਈਂਡ ਔਇਲ ਵੀ ਲੈ ਸਕਦੇ ਹੋ, ਕੁਕਿੰਗ ਔਇਲ ਇਹਨਾਂ ਨੂੰ ਤਲ ਸਕਦੇ ਅਤੇ ਆਪਾਂ ਇਹਨਾਂ ਨੂੰ ਤਲ ਲੈਣਾ ਫਿਰ। ਮੈਂ ਸਾਰੇ ਚੂਚੇ ਬੈਂਗਲਸ ਦੇ ਵਿੱਚ ਪਾ ਦਿੱਤੇ, ਸਾਰੇ ਇੱਕ ਵਾਰ 'ਚ ਪੈ ਗਏ। ਜੇ ਤੁਹਾਡੇ ਕੋਲ ਜ਼ਿਆਦਾ ਤੁਸੀਂ ਦੋ ਵਾਰ ਉਹਨਾਂ ਨੂੰ ਫਰਾਈ ਕਰ ਲਿਓ, ਇੱਕ ਜਾਂ ਦੋ ਮਿੰਟ ਬਾਅਦ ਤੁਸੀਂ ਇਹਨਾਂ ਨੂੰ ਉੱਪਰ ਥੱਲੇ ਕਰਦੇ ਰਹਿਣਾ, ਹਿਲਾਉਂਦੇ ਰਹਿਣਾ, ਇਹਨਾਂ ਦੀ ਸਾਈਡ ਚੇਂਜ ਕਰਦੇ ਰਹਿਣਾ। ਮੈਨੂੰ ਤਕਰੀਬਨ 5 ਤੋਂ 6 ਮਿੰਟ ਹੋ ਚੁੱਕੇ ਨੇ। ਮੈਂ ਕਦੇ ਸੇਕ ਇਸਦਾ ਮੀਡੀਅਮ ਕਰਦਾ ਸੀ ਅਤੇ ਕਦੇ ਸੇਕ ਇਸਦਾ ਫੁੱਲ ਕਰਦਾ ਸੀ, ਤੁਸੀਂ ਵੀ ਇਸ ਤਰ੍ਹਾਂ ਕਰਨਾ। ਅਤੇ ਇਹ ਬਿਲਕੁਲ ਫਰਾਈ ਹੋ ਚੁੱਕੇ ਨੇ ਅਤੇ ਆਪਾਂ ਇਹਨਾਂ ਨੂੰ ਇਸ ਦੇ ਵਿੱਚ ਪਾ ਦਿਆਂਗੇ। ਜੋ ਮਸਾਲਾ ਪਹਿਲਾਂ ਆਪਾਂ ਤਿਆਰ ਕੀਤੇ ਉਸ ਦੇ ਵਿੱਚ ਆਪਾਂ ਪਾ ਦਾਂਗੇ ਇਹਨਾਂ ਨੂੰ। ਜੋ ਮੇਰਾ ਮਸਾਲਾ ਥੋੜ੍ਹਾ ਠੰਡਾ ਹੋ ਗਿਆ ਸੀ ਅਤੇ ਮੈਂ ਦੁਬਾਰਾ ਇਸ ਦੇ ਥੱਲੇ ਅੱਗ ਬਾਲਤੀ ਹੈ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਤੁਸੀਂ ਇਸ ਨੂੰ ਜ਼ਿਆਦਾ ਸੇਕ ਨਹੀਂ ਲਾਉਣਾ ਹੈਗਾ, ਸਿਰਫ 2 ਤੋਂ 3 ਮਿੰਟ, ਜ਼ਿਆਦਾ ਨਹੀਂ। ਮੈਂ ਕੋਸ਼ਿਸ਼ ਕਰਨਾ ਇਹਨਾਂ ਦੇ ਵਿੱਚ ਜੋ ਮਸਾਲਾ ਵਿੱਚ ਪੈ ਜਾਵੇ ਇਹਨਾਂ ਦੇ ਅੰਦਰ ਤੱਕ, ਇੱਦਾਂ ਥੋੜ੍ਹਾ ਵਿੱਚ ਤੁਸੀਂ ਪਾ ਦੇਣਾ ਜਾਂ ਚਮਚੇ ਨਾਲ ਖੋਲ੍ਹ ਕੇ ਇਸ ਦੇ ਵਿੱਚ ਮਸਾਲਾ ਪਾ ਦੇਣਾ, ਬੰਦ ਕਰ ਦੇਣਾ ਅਤੇ ਦੂਸਰੇ ਵਿੱਚ ਵੀ ਇਸ ਤਰ੍ਹਾਂ ਮਸਾਲਾ ਪਾ ਦੇਣਾ। ਥੋੜ੍ਹੇ ਥੋੜ੍ਹੇ ਖੋਲ੍ਹ ਖੋਲ੍ਹ ਕੇ ਵਿੱਚ ਇਹਨਾਂ ਦਾ ਮਸਾਲਾ ਪੈ ਜਾਵੇ, ਜ਼ਿਆਦਾ ਸੇਕ ਨਹੀਂ ਲਾਉਣਾ। ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ 2 ਤੋਂ 3 ਮਿੰਟ। ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ, ਤੁਸੀਂ ਇਸਨੂੰ ਜ਼ਿਆਦਾ ਹਿਲਾਉਣਾ ਵੀ ਨਹੀਂ ਹੈ, ਠੀਕ ਹੈ। ਇਸੇ ਤਰ੍ਹਾਂ ਪਕਾਉਣਾ ਜੀ, ਮਸਾਲਾ ਪਾ ਕੇ ਨਾ ਥੋੜ੍ਹਾ ਜਿਹਾ, ਇਸੇ ਤਰ੍ਹਾਂ ਤੁਸੀਂ ਇਸ ਨੂੰ ਸੇਕ ਲਵਾਉਣਾ। ਮੈਨੂੰ ਹੁਣ ਪੂਰੇ 2 ਤੋਂ 3 ਮਿੰਟ ਹੋ ਚੁੱਕੇ ਨੇ ਅਤੇ ਹੁਣ ਮੈਂ ਇਹਨਾਂ ਦੀ ਗੈਸ ਕਰ ਦੂੰਗਾ ਬੰਦ। ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਬੈਂਗਣ ਬਣਾਉਣ ਦੀ ਜ਼ਰੂਰ ਟਰਾਈ ਕਰਿਓ, ਬਹੁਤ ਹੀ ਸਵਾਦ ਬਣਦੇ ਨੇ ਅਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੇ ਅਤੇ ਜ਼ਰੂਰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੁਸੀਂ ਆਪਣੇ ਘਰ ਦੇ ਵਿੱਚ। ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ 'ਚ ਜ਼ਰੂਰ ਦੱਸਿਓ ਅਤੇ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ।